ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਪਾਤਸ਼ਾਹ ਜੀ ਬਹੁਤ ਸੁੰਦਰ ਫੁਰਮਾਨ ਕਰਦੇ ਹਨ ਕਿ ਉਸ ਸੱਚੇ ਅਕਾਲ ਪੁਰਖ ਦਾ ਨਾਮ ਜਪਣ ਦਾ ਕੀ ਫਾਇਦਾ ਹੈ। ਬੇਨੁ ਸਾਚੇ ਨਹੀਂ ਦਰਗਾਹ ਮਾਨ, ਹਾਰੀ ਰਸ ਪੀਵੈ ਛੁੱਟੈ ਨਿਦਾਨ। ਕਹਿੰਦੇ ਕਿ ਜੇ ਅਸੀਂ ਉਸ ਇੱਕ ਸੱਚੇ ਅਕਾਲ ਪੁਰਖ ਦਾ, ਇੱਕ ਕਰਤਾ ਪੁਰਖ ਦਾ ਨਾਮ ਨਹੀਂ ਜਪਦੇ ਤਾਂ ਸਾਨੂੰ ਦਰਗਾਹ ਦੇ ਵਿੱਚ ਵੀ ਇੱਜ਼ਤ ਮਾਣ ਨਹੀਂ ਮਿਲੇਗਾ। ਅਤੇ ਜੇ ਅਸੀਂ ਉਹਦਾ ਨਾਮ ਸਿਮਰਨ ਰੂਪੀ ਰਸ ਪੀਵਾਂਗੇ, ਉਹਦਾ ਨਾਮ ਜਪਾਂਗੇ ਇੱਕ ਕਰਤਾ ਪੁਰਖ ਦਾ, ਅਕਾਲ ਪੁਰਖ ਦਾ, ਅਤੇ ਫਿਰ ਅਖੀਰਲੇ ਸਮੇਂ ਨਿਦਾਨ ਭਾਵ ਅਖੀਰਲੇ ਸਮੇਂ ਸਾਡੀ ਰੱਖਿਆ ਹੋਏਗੀ। ਇਸ ਕਰਕੇ ਹੇ ਭਾਈ, ਉਸ ਕਰਤਾ ਪੁਰਖ ਦਾ ਨਾਮ ਜ਼ਰੂਰ ਜਪੋ।